ਹੈਲੋ ਮਾਈ ਡੀਅਰ ਆਇਲਸ ਸਟੂਡੈਂਟਸ, ਅੱਜ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ ਆਇਲਸ ਫੀਵਰ 57। ਤੁਸੀਂ ਕਹੋਗੇ ਇਹ ਤਾਂ PDF ਆਇਲਸ ਫੀਵਰ 57 ਦਾ ਵਾ, ਬਟ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ, ਇਹ ਰੀਅਲ ਐਗਜ਼ਾਮ ਦੇ ਵਿੱਚ ਆਈ ਹੈ 18 April ਨੂੰ, ਅੰਡਰ ਸੀ ਮੂਵਮੈਂਟ। ਠੀਕ ਹੈ, ਅੰਡਰ ਸੀ ਮੂਵਮੈਂਟ ਇਹ ਰੀਅਲ ਐਗਜ਼ਾਮ ਦੇ ਵਿੱਚ ਆਇਆ ਵਾ PDF ਆਇਲਸ ਫੀਵਰ ਦਾ 57। ਵਨ ਮੋਰ ਥਿੰਗ, ਆਇਲਸ ਫੀਵਰ ਦੇ ਵਿੱਚੋਂ PDF ਦਾ ਕੋਈ ਨਾ ਕੋਈ ਇੱਕ ਅੱਧਾ ਪੈਸੇਜ ਜ਼ਰੂਰ ਰਿਪੀਟ ਹੁੰਦਾ ਵੈ। ਸੋ ਆਇਲਸ ਫੀਵਰ ਦੇ 150 ਟੈਸਟ ਹੈ, ਉਹਨਾਂ ਨੂੰ ਰਿਵਾਈਜ਼ ਕਰ ਲਓ। ਮੈਂ ਵੀ ਹੁਣ ਆਪਣੇ ਔਨਲਾਈਨ ਕਲਾਸਿਸ ਦੇ ਵਿੱਚ ਇਹ ਦੁਬਾਰਾ ਫਿਰ ਸਾਰਾ ਪੈਟਰਨ ਸਟਾਰਟ ਕਰ ਦੇਣਾ ਵੈ। ਹੁਣ ਆਪਾਂ ਗੱਲ ਕਰੀਏ, ਫਸਟ ਕੁਐਸਚਨ ਆਪਣੇ ਕੋਲ ਕੀ ਹੈਗਾ ਸੀ, ਇਹਦੇ ਵਿੱਚ ਡਾਇਗ੍ਰਾਮ ਵੀ ਆਈ ਸੀ, ਮੈਂ ਤੁਹਾਨੂੰ ਦੱਸ ਦੇਵਾਂ, ਫਿਸ਼ ਵਾਲੀ ਡਾਇਗ੍ਰਾਮ ਸੀ। ਫਸਟ ਕੁਐਸਚਨ ਆਪਣੇ ਕੋਲ ਕੀ ਹੈਗਾ ਵੈ, ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ। ਦੇਖੋ, ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਕਿੱਦਾਂ ਕਰੀਦੇ ਆ, ਸਭ ਤੋਂ ਪਹਿਲਾਂ ਕੁਐਸਚਨ ਨੂੰ ਅੰਡਰਲਾਈਨ ਕਰਨਾ ਵਾ। ਆਪਾਂ ਵਿਦਆਊਟ ਐਨੀ ਟਾਈਮ ਵੇਸਟੇਜ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਕੈਟਾਗਰਾਈਜੇਸ਼ਨ ਆਫ ਫਿਸ਼, ਠੀਕ ਹੈ, ਕੈਟਾਗਰਾਈਜੇਸ਼ਨ ਕਿਹਦੀ ਹੈਗੀ ਹੈ, ਕੈਟਾਗਰਾਈਜੇਸ਼ਨ ਮਤਲਬ ਅਲੱਗ ਅਲੱਗ, ਠੀਕ ਹੈ, ਸਪੀਸ਼ੀ ਮਤਲਬ ਕਿ ਜਿਵੇਂ ਆਪਾਂ ਸਪੀਸ਼ੀਜ਼ ਜਿਵੇਂ ਅਲੱਗ ਅਲੱਗ ਡਿਫਰੈਂਟੇਸ਼ਨ, ਠੀਕ ਹੈ, ਕੈਟਾਗਰੀ ਟਾਈਪਸ ਫਿਸ਼ ਬਾਏ ਸਵਿਮਿੰਗ ਸਪੀਡ। ਐਗਜ਼ਾਮਪਲ, ਫਿਸ਼ ਕੈਪੇਬਲ ਮੇਨਟੇਨ ਫਾਸਟ ਸਵਿਮਿੰਗ ਲੋਂਗ ਟਾਈਮ। ਹਾਓ ਫਿਸ਼ ਕੰਟਰੋਲ ਸਟੇਬਿਲਿਟੀ, ਫਰੀਕੁਐਂਸੀ ਮਸਲ ਮੂਵਮੈਂਟ ਫਿਸ਼, ਅ ਮਕੈਨੀਕਲ ਮੋਡਲ ਫਿਸ਼ ਸਕੈਲੇਟਨ, ਐਨਰਜੀ ਸਟੋਰੇਜ ਡਿਵਾਈਸਿਸ ਇਨ ਅ ਫਿਸ਼। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗੀ ਕਿ ਅੰਡਰਲਾਈਨ ਕਰ ਲਓ ਕੀਵਰਡਸ ਨੂੰ। ਜਦੋਂ ਤੁਸੀਂ ਕੀਵਰਡਸ ਨੂੰ ਅੰਡਰਲਾਈਨ ਕਰ ਲਿਆ, ਉਦੋਂ ਹਰੇਕ ਪੈਰਾਗ੍ਰਾਫ ਦੇ ਫਸਟ 3 ਲਾਈਨਸ ਐਂਡ ਲਾਸਟ 3 ਲਾਈਨਸ ਨੂੰ ਚੈੱਕ ਕਰੋ, ਤੁਹਾਨੂੰ ਤੁਹਾਡਾ ਆਨਸਰ ਮਿਲ ਜਾਣਾ। ਫਸਟ 3 ਲਾਈਨਸ, ਲਾਸਟ 3 ਲਾਈਨਸ, ਫਸਟ 3 ਲਾਈਨਸ, ਲਾਸਟ 3 ਲਾਈਨਸ, ਠੀਕ ਹੈ। ਆਪਾਂ ਬ੍ਰੈਕਟ ਪਾ ਲਈ ਤਾਂ ਕਿ ਆਪਾਂ ਨੂੰ ਸੌਖਾ ਹੋ ਜਾਵੇ। ਦੇਖੋ, ਫਸਟ 3 ਲਾਈਨਸ, ਲਾਸਟ 3 ਲਾਈਨਸ, ਹਰੇਕ ਪੈਰਾਗ੍ਰਾਫ ਨੂੰ ਅੰਡਰਲਾਈਨ ਕਰ ਲਓ। ਧਿਆਨ ਦਿਓ, ਜਦੋਂ ਆਪਾਂ ਇਹਨੂੰ ਅੰਡਰਲਾਈਨ ਕੀਤਾ, ਐਚ ਪੈਰਾਗ੍ਰਾਫ ਦੀ 3rd ਲਾਈਨ ਦੇ ਵਿੱਚ ਆ ਕੇ ਲਿਖਿਆ ਲੋਂਗਰ ਪੀਰੀਅਡ। ਕੀ ਲਿਖਿਆ ਵੈ, ਲੋਂਗਰ ਪੀਰੀਅਡ। ਅਤੇ ਲੋਂਗਰ ਪੀਰੀਅਡ ਤੋਂ ਤੁਹਾਨੂੰ ਯਾਦ ਨਹੀਂ ਆਇਆ, ਤੁਸੀਂ ਇੱਥੇ ਕੁਛ ਪੜ੍ਹਿਆ ਸੀ ਲੋਂਗ ਟਾਈਮ, ਠੀਕ ਹੈ, ਮਤਲਬ ਲੋਂਗਰ ਪੀਰੀਅਡ, ਲੋਂਗ ਟਾਈਮ। ਪੀਰੀਅਡ ਨੂੰ ਉਹਨਾਂ ਨੇ ਕੀ ਕਿਹਾ ਵੈ, ਟਾਈਮ। ਇੱਥੋਂ ਤੱਕ ਤਾਂ ਆਪਣੀ ਹੈਡਿੰਗ ਮੈਚ ਹੋ ਗਈ, ਠੀਕ ਹੈ। ਐਗਜ਼ਾਮਪਲ ਦਿੱਤੀ ਹੈ ਇੱਕ ਫਿਸ਼ ਦੀ, ਕਿਹੜੀ ਫਿਸ਼ ਦੀ, ਵਨ ਟਾਈਪ ਆਫ ਸੇਲ ਫਿਸ਼, ਜਿਹੜੀ ਕੰਸੀਡਰ ਕਰਦੀ ਆ ਫਾਸਟੈਸਟ ਸਪੀਸ਼ੀ। ਸਮਝ ਲੱਗ ਗਈ, ਆਨਸਰ ਆ ਗਿਆ ਆਪਣੇ ਕੋਲ 15 ਦਾ ਐਚ। ਮੈਂ ਤੁਹਾਨੂੰ ਕੀ ਕਿਹਾ ਸੀ 3rd ਲਾਈਨ ਦੇ ਵਿੱਚ। ਉਸੇ ਤਰ੍ਹਾਂ ਹੀ ਜਦੋਂ ਆਪਾਂ ਨੂੰ ਇਹ ਵਾਲਾ ਆਨਸਰ ਮਿਲਿਆ, ਨਾਲ ਹੀ ਆਪਾਂ ਨੂੰ ਜੀ ਪੈਰਾਗ੍ਰਾਫ ਦੇ ਵਿੱਚ ਆਪਣਾ 14th ਮਿਲ ਗਿਆ, ਕਿਵੇਂ, ਕੈਟਾਗਰਾਈਜੇਸ਼ਨ ਮਤਲਬ ਟਾਈਪਸ ਡਿਫਰੈਂਟੇਸ਼ਨ ਫਿਸ਼ਿਸ ਦਾ ਬਾਏ ਸਵਿਮਿੰਗ ਸਪੀਡ। ਇੱਥੇ ਸਵਿਮਿੰਗ ਸਪੀਡ ਕੁਛ ਹੋਰ ਦਿੱਤੀ ਹੈ ਸਮਾਲ ਫਿਸ਼ ਦੀ, ਠੀਕ ਹੈ। ਇੱਥੇ ਆਪਾਂ ਨੂੰ ਉਹਨਾਂ ਨੇ ਟੂਨਾ ਦੀ ਇੰਨੀ ਫਿਸ਼ ਦਿੱਤੀ ਹੈ, ਟੂਨਾ ਸੀਮ ਟੂ ਬੀ ਫਾਸਟੈਸਟ ਇੰਨੀ ਦਿੱਤੀ ਹੈ, ਟਰੋਟ ਫਿਸ਼ ਦੀ ਇੰਨੀ ਸਪੀਡ ਦਿੱਤੀ ਹੈ, ਪਾਈਕ ਫਿਸ਼ ਦੀ ਇੰਨੀ ਸਪੀਡ ਦਿੱਤੀ ਹੈ। ਹੋ ਗਿਆ ਨਾ ਡਿਫਰੈਂਟੇਸ਼ਨ। ਇਹਨਾਂ ਨੂੰ ਕਹਿੰਦੇ ਹੈ ਫਸਟ 3 ਲਾਈਨ ਲਾਸਟ 3 ਲਾਈਨ ਦੇ ਵਿੱਚ ਆਨਸਰ। ਦੇਖੋ, ਫਸਟ 3 'ਚ ਇਹ ਮਿਲ ਗਿਆ ਆਪਣੇ ਕੋਲ 14 ਦਾ, ਕੀ ਆਨਸਰ ਆਪਣੇ ਕੋਲ ਆ ਗਿਆ, ਜੀ, ਠੀਕ ਹੈ। ਅਤੇ 15 ਦਾ ਆਪਣੇ ਕੋਲ ਕੀ ਆ ਗਿਆ, ਲੋਂਗ ਟਾਈਮ ਦਾ, ਲੋਂਗ ਪੀਰੀਅਡ। ਸਮਝ ਲੱਗ ਗਈ,
ਇਸੇ ਤਰ੍ਹਾਂ ਦੀ ਹੀ ਟਿਪਸ ਤੇ ਟ੍ਰਿਕਸ ਜਾਣਨ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਆਈਲੈਟਸ ਵਿਦ ਸੋਫੀਆ। ਵਨ ਮੋਰ ਥਿੰਗ, ਅਗਰ ਤੁਸੀਂ ਰੀਡਿੰਗ ਦੀ ਕਲਾਸ ਲਗਾਉਣੀ ਹੈ ਦੈਨ ਤੁਸੀਂ ਲਗਾ ਸਕਦੇ ਹੋ ਜਸਟ ਸਿੰਗਲ ਮੋਡਿਊਲ, 3 ਵਜੇ ਕਲਾਸ ਲੱਗਦੀ ਹੈ ਮੇਰੀ, ਠੀਕ ਹੈ। ਰਾਈਟਿੰਗ ਦੀ ਲੱਗਦੀ ਹੈ ਸ਼ਾਮ ਨੂੰ 6 ਵਜੇ, ਜੇ ਤੇ ਰੀਡਿੰਗ ਦੀ ਲੱਗਦੀ ਹੈ 3 ਵਜੇ, ਠੀਕ ਹੈ। ਤੁਸੀਂ ਅਕੈਡਮਿਕ ਸਟੂਡੈਂਟ ਹੋ, ਤੁਸੀਂ ਜਰਨਲ ਸਟੂਡੈਂਟ ਹੋ, ਤੁਸੀਂ ਕੰਟੈਕਟ ਕਰ ਸਕਦੇ ਹੋ। ਜੋ GT ਦੀ ਕਲਾਸ ਹੈ ਉਹ ਲੱਗਦੀ ਹੈ ਸ਼ਾਮ ਨੂੰ 7 ਵਜੇ, ਠੀਕ ਹੈ। ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗ ਮੈਨੂੰ ਦੱਸ ਦਿਓ, ਆਪਾਂ ਤੁਹਾਡਾ ਸਪੀਕਿੰਗ ਦਾ ਬੈਚ ਵੀ ਉਸ ਹਿਸਾਬ ਦੇ ਨਾਲ ਸੈੱਟ ਕਰ ਦਿਆਂਗੇ। ਸਿੰਗਲ ਲੈਣਾ, ਬੋਥ ਲੈਣਾ, ਡਬਲ ਲੈਣਾ, ਟ੍ਰਿਪਲ ਲੈਣਾ, ਦਿਸ ਇਜ਼ ਯੋਰ ਵਿਸ਼। ਬਟ ਆਪਾਂ ਲਿਸਨਿੰਗ ਮੋਡਿਊਲ ਪ੍ਰੋਵਾਈਡ ਨਹੀਂ ਕਰਦੇ। 16th ਕੁਐਸਚਨ, ਹਾਓ ਫਿਸ਼ ਕੰਟਰੋਲ ਸਟੈਬਿਲਿਟੀ, ਅਤੇ ਇੱਕ 17th ਆਪਾਂ ਰੀਡ ਕਰ ਲਈਏ, ਫਰੀਕੁਐਂਸੀ ਆਫ ਮਸਲ ਮੂਵਮੈਂਟ ਆਫ ਫਿਸ਼, ਠੀਕ ਹੈ। ਫਰੀਕੁਐਂਸੀ ਦੱਸਣੀ ਹੈ, ਹਾਓ ਫਿਸ਼ ਕੰਟਰੋਲ ਸਟੈਬਿਲਿਟੀ, ਕਿ ਫਿਸ਼ ਆਪਣੀ ਸਟੈਬਿਲਿਟੀ ਨੂੰ ਕੰਟਰੋਲ ਕਿੱਦਾਂ ਕਰਦੀਆਂ ਮੈਂ, ਅਤੇ ਮਸਲ ਮੂਵਮੈਂਟ ਆਫ ਫਿਸ਼। ਮਸਲ ਮੂਵਮੈਂਟ ਦੇਖੋ, ਸੀ ਪੈਰਾਗ੍ਰਾਫ ਦੀ ਫਸਟ ਲਾਈਨ ਦੇਖੋ, ਮਸਲ ਮੂਵਮੈਂਟ, ਮਸਲ ਵੀ ਮਿਲ ਗਿਆ, ਮੂਵਮੈਂਟ ਵੀ ਮਿਲ ਗਿਆ, ਠੀਕ ਹੈ। ਮਸਲ ਮੂਵਮੈਂਟ ਆਫ ਫਿਸ਼, ਅਤੇ ਇੱਥੇ ਕੀ ਲਿਖਿਆ ਆਪਣੇ ਕੋਲ, ਮੂਵਮੈਂਟ ਮਸਲ, ਅਤੇ ਗਿਰੀ ਆਫ ਫਿਸ਼ ਦੀ, ਆਹ ਵੀ ਲਿਖਿਆ ਫਿਸ਼ ਹੈਜ਼ 100 ਆਫ ਮਸਲਸ। ਮੈਂ ਤੈਨੂੰ ਇਸੇ ਕਰਕੇ ਕਹਿ ਰਹੀ ਹਾਂ, ਆਂਸਰ ਜੋ ਹੁੰਦੇ ਹੈ ਪੈਰਾਗ੍ਰਾਫ ਦੀ ਬਿਲਕੁਲ ਫਸਟ 3 ਲਾਈਨ ਅਤੇ ਲਾਸਟ 3 ਲਾਈਨ ਦੇ ਵਿੱਚ ਹੁੰਦਾ ਹੈ। ਲਿਸਟ ਆਫ ਹੈਡਿੰਗ ਦਾ ਵੀ ਇੱਦਾਂ ਹੀ ਆ ਸਿਸਟਮ, ਠੀਕ ਹੈ। ਦੈਨ ਨੈਕਸਟ ਦੇਖੋ, ਫਿਰ ਹੈਡਿੰਗ ਆਪਣੀ ਦੁਬਾਰਾ ਰਿਪੀਟ ਕਰ ਲਓ ਤਾਂ ਕਿ ਤੁਹਾਡੇ ਮਾਇੰਡ ਦੇ ਵਿੱਚ ਕੀਵਰਡਸ ਬੈਠ ਜਾਣ। ਹਾਓ ਫਿਸ਼ ਕੰਟਰੋਲ ਸਟੈਬਿਲਿਟੀ, ਮਕੈਨੀਕਲ ਮੋਡਲ ਔਫ ਫਿਸ਼ ਸਕੈਲੇਟਨ, ਠੀਕ ਹੈ। ਮਕੈਨੀਕਲ ਕੋਈ ਮੋਡਲ ਹੈ, ਐਨਰਜੀ ਸਟੋਰੇਜ ਡਿਵਾਈਸਿਸ ਇਨ ਅ ਫਿਸ਼, ਇਹਦਾ ਆਪਾਂ ਦੇਖਦੇ ਹਾਂ ਕਿੱਥੇ ਲਿਖਿਆ ਹੋਇਆ ਐਨਰਜੀ ਸਟੋਰੇਜ। ਧਿਆਨ ਨਾਲ ਦੇਖੋ ਇਹਨਾਂ ਨੇ ਕੀ ਕਿਹਾ ਸੀ ਆਪਣੇ ਕੋਲ, 19th, ਐਨਰਜੀ ਸਟੋਰੇਜ ਡਿਵਾਈਸਿਸ ਇਨ ਅ ਫਿਸ਼, ਠੀਕ ਹੈ। ਐਨਰਜੀ ਸਟੋਰੇਜ, ਐਨਰਜੀ ਕਿੱਥੇ ਸਟੋਰ ਹੋ ਰਹੀ ਹੈ ਉਹਦੀ, ਧਿਆਨ ਨਾਲ ਦੇਖੋ। ਮਸਲਸ ਇਨਵੋਲਵ, ਜਿਹੜੀਆਂ ਸਵਿਮਿੰਗ ਦੇ ਵਿੱਚ ਜੋ ਮਸਲਸ ਹੁੰਦੇ ਆ, ਉਹ 2 ਟਾਈਪ ਦੀਆਂ ਹੁੰਦੀਆਂ ਮੈਂ, 2 ਟਾਈਪ ਦੀਆਂ ਹੁੰਦੀਆਂ। ਇੱਕ ਬਲਕ ਔਫ ਫਿਸ਼ ਬੋਡੀ ਇਜ਼ ਕੰਪੋਜ਼ਡ, ਉਹਨੂੰ ਕੀ ਕਿਹਾ ਜਾਂਦਾ, ਵਾਈਟ ਮਸਲ, ਠੀਕ ਹੈ। ਇੱਕ ਸਮਾਲਰ ਏਰੀਆ ਆਫ ਦ ਰੂਟ ਆਫ ਦ ਫਿਨਸ ਐਂਡ ਅ ਸਟ੍ਰਿਪ ਅਲੋਂਗ ਦ ਸੈਂਟਰ ਆਫ ਈਚ ਫਲੈਂਕ ਕੰਪ੍ਰੋਮਾਈਜ਼ ਰੈੱਡ ਮਸਲ, ਦੈਟਸ ਕਾਲਡ ਰੈੱਡ ਮਸਲ, ਠੀਕ ਹੈ। ਰੈੱਡ ਮਸਲ ਕੀ ਰਿਸੀਵ ਕਰਦੀ ਹੈ, ਗੁੱਡ ਸਪਲਾਈ ਆਫ ਬਲੱਡ, ਅਤੇ ਕੰਟੇਨ ਕਰਦੀ ਹੈ ਐਂਪਲਰ, ਐਂਪਲਰ ਮਤਲਬ ਐਂਪਲ ਆਫ, ਜਿਹਨੂੰ ਤੁਸੀਂ ਕਹਿੰਦੇ ਹੋ ਮੈਨੀ, ਕੁਆਂਟਿਟੀ ਆਫ ਫੈਟ ਐਂਡ ਗਲਾਈਕੋਜਨ, ਮਤਲਬ ਕਿ ਇਹ ਸਾਰਾ ਕੁਛ ਸਟੋਰੇਜ 'ਤੇ ਆ ਗਿਆ, ਕਿ ਉਹ ਕੀ ਰਿਸੀਵ ਕਰਦੀ ਹੈ, ਕੀ ਦਿੰਦੀ ਹੈ, ਠੀਕ ਹੈ। ਵੀ ਆ ਗਿਆ ਇਸ ਦਾ ਸਟੋਰੇਜ ਫੋਰਮ ਆਫ ਗਲੂਕੋਸ, ਰਿਸੀਵ ਦਾ ਕੋਈ, ਰਿਸੀਵ ਕੀ ਆਪਣੇ ਅੰਦਰ ਰਿਸੀਵ ਕਰਦੀ ਹੈ, ਆਪਣੇ ਅੰਦਰ ਕੀ ਲੈ ਕੇ ਜਾਂਦੀ ਹੈ, ਆਪਣੇ ਅੰਦਰ ਕੀ ਸਟੋਰ ਕਰਦੀ ਹੈ, ਰੈੱਡ ਮਸਲ ਉਹ ਇਹ ਸਟੋਰ ਕਰਦੀ ਹੈ, ਗੁੱਡ ਸਪਲਾਈ ਆਫ ਬਲੱਡ ਐਂਡ ਕੰਟੇਨ ਐਂਪਲਰ ਕੁਆਂਟਿਟੀ ਆਫ ਫੈਟ ਐਂਡ ਗਲਾਈਕੋਜਨ, ਦਾ ਸਟੋਰੇਜ ਫੋਰਮ ਆਫ ਗਲੂਕੋਸ, ਠੀਕ ਹੈ। ਇੱਥੇ ਵੀ ਤਾਂ ਇਹੀ ਲਿਖਿਆ, ਐਨਰਜੀ ਸਟੋਰੇਜ ਡਿਵਾਈਸਿਸ, ਹੁਣ ਪਤਾ ਲੱਗ ਗਿਆ ਆਪਣੇ ਕੋਲ ਆਂਸਰ ਦਾ, ਡੀ ਕਿਹੜੇ ਆਇਆ, 19 ਦਾ। ਦੇਖੋ ਮੈਂ ਤੁਹਾਨੂੰ 16th ਅਤੇ ਹਲੇ 18 ਨਹੀਂ ਕਰਵਾਇਆ, ਉਹ ਇਸ ਕਰਕੇ ਨਹੀਂ ਕਰਵਾਇਆਗਾ ਕਿ ਜਿਹੜੇ ਆਪਸ਼ਨ ਪਹਿਲਾਂ ਮੈਂ ਮਿਲਦੇ ਪਏ ਆ ਉਹ ਤਾਂ ਇੱਕ ਵਾਰੀ ਆਪਾਂ ਕਰ ਲਈਏ, ਠੀਕ। ਹਾਓ ਫਿਸ਼ ਕੰਟਰੋਲ ਸਟੈਬਿਲਿਟੀ, ਫਿਸ਼ ਆਪਣੀ ਸਟੈਬਿਲਿਟੀ ਨੂੰ ਕਿੱਦਾਂ ਕੰਟਰੋਲ ਕਰਕੇ ਰੱਖਦੀ ਹੈ, ਦੇਖੋ। ਇਟਸ ਲੋਕੇਟਡ ਇਨ ਡਿਫਰੈਂਟ ਪਲੇਸਿਸ ਔਨ ਅ ਫਿਸ਼ ਸਰਵ ਡਿਫਰੈਂਟ ਪਰਪਸ ਸੱਚ ਐਸ ਮੂਵਿੰਗ ਫੋਰਵਰਡ, ਅਗੇਨ ਵਧਣਾ, ਟਰਨ ਕਰਨਾ, ਕੀਪਿੰਗ ਐਨ ਅਪਰਾਈਟ ਪੋਜੀਸ਼ਨ, ਦ ਟੇਲ ਫਿਨ ਇਨ ਫਾਈਨਲ ਲੈਸ਼ ਮੇ ਕੰਟਰੀਬਿਊਟ ਐਸ ਮੱਚ ਐਸ 40% ਆਫ ਦ ਫੋਰਵਰਡ ਥਰਸਟ, ਦ ਮੀਡੀਅਨ ਫਿਨਸ ਔਰ ਡੋਰਸਲ ਐਂਡ ਵੈਂਟਰਲ ਫਿਨਸ, ਅਭੀ ਲਿਖਿਆ ਗ੍ਰੈਵਿਟੀ, ਪੇਅਰਡ ਫਿਨਸ ਆਰ ਆਲਸੋ ਦਾ ਮੀਨਸ ਬਾਏ ਵਿੱਚ ਦਾ ਫਿਸ਼ ਸਲੋਜ ਡਾਊਨਸ ਐਂਡ ਸਟੋਪਸ, ਠੀਕ ਹੈ। ਉੱਥੇ ਆ ਗਿਆ ਨਾ, ਫਿਸ਼ ਆਪਣੀ ਸਟੇਬਿਲਿਟੀ ਨੂੰ ਕਿੱਦਾਂ ਕੰਟਰੋਲ ਕਰਦੀ ਹੈ,
ਆ ਸਾਰਾ ਕੁਛ ਆ ਗਿਆ ਕਿ ਉਹ ਟਰਨ ਕਰਦੀ ਹੈ, ਮੂਵ ਕਰਦੀ ਹੈ ਇੰਨੇ ਪਰਸੈਂਟ ਦੇ ਨਾਲ, ਫਿਰ ਉਹਦੀ ਜੋ ਗ੍ਰੈਵਿਟੀ ਹੁੰਦੀ ਹੈ ਡਾਊਨਵਰਡ ਅਪਵਰਡ, ਜੋ ਉਹ ਆਪਣੀ ਸਟੇਬਿਲਿਟੀ ਨੂੰ ਕਿੱਦਾਂ ਕੰਟਰੋਲ ਕਰਦੀ ਹੈ ਉਹ ਸਾਰਾ ਇੱਥੇ ਮੈਥਡ ਉਹਨਾਂ ਨੇ ਦੱਸ ਦਿੱਤਾ ਹੈ। ਇਹਦਾ ਮਤਲਬ ਆਪਣਾ ਆਂਸਰ ਆ ਗਿਆ ਐਫ। ਠੀਕ ਹੈ, ਹੁਣ ਨੈਕਸਟ ਆਪਣਾ ਰਹਿ ਗਿਆ ਜਸਟ 18। 18 ਦਾ ਆਪਣੇ ਕੋਲ ਕੀ ਹੈਗਾ ਵੈ, ਅ ਮਕੈਨੀਕਲ ਮਾਡਲ ਆਫ ਫਿਸ਼। ਮਕੈਨੀਕਲ, ਠੀਕ ਹੈ, ਫਿਸ਼ ਸਕੈਲਟਨ, ਫਿਸ਼ ਸਕੈਲਟਨ, ਸਕੈਲਟਨ ਦੇ ਵਿੱਚ ਲੀਵਰ ਆ ਗਿਆ, ਉਹਦਾ ਫਲਕਰਮ ਆ ਗਿਆ, ਵਰਟੀਬਰੇਟਸ ਆ ਗਏ, ਫੰਕਸ਼ਨ ਆਫ ਸਕੈਲਟਨ ਆ ਗਿਆ, ਆ ਗਿਆ ਨਾ ਮਕੈਨੀਕਲ ਮਾਡਲ ਆਫ ਫਿਸ਼ ਸਕੈਲਟਨ ਆ ਲਿਖਿਆ, ਫੰਕਸ਼ਨ ਆਫ ਸਕੈਲਟਨ ਵਰਟੀਬਰੇਟ ਲੀਵਰ ਫਲਕਰਮ ਗਾਂ ਉਹਦੇ ਟੂਗੈਦਰ ਬਾਏ ਲੀਗਾਮੈਂਟਸ ਦਿੱਤੇ ਹੋਏ ਆ। ਠੀਕ ਹੈ, ਫਿਰ ਆਪਣੇ ਕੋਲ ਆਂਸਰ ਕੀ ਆ ਗਿਆ, 18 ਦਾ ਬੀ। ਹੈ ਸੀ ਨਾ ਸੌਖੀ ਰੀਡਿੰਗ, ਬਹੁਤ ਸੌਖੀ ਰੀਡਿੰਗ ਹੈ ਆਇਲਸ ਫੀਵਰ ਤਾਂ 57। ਤੁਸੀਂ ਇਹਦੀ ਪ੍ਰੈਕਟਿਸ ਕਰ ਲਓ ਨਾ, ਤੁਹਾਡੇ ਆਰਾਮ ਦੇ ਨਾਲ ਬੈਂਡ ਸਕੋਰ ਆ ਜਾਣੇ ਆ, 8 9 ਸਾਢੇ 8 ਸਾਢੇ 7 ਕਿਤੇ ਵੀ ਨਹੀਂ ਤੁਹਾਡੇ ਗਏ ਗਏ ਅਗਰ ਤੁਸੀਂ ਇਹਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰ ਲਓ। ਨੈਕਸਟ ਹੈਗੇ ਆਪਣੇ ਨੋ ਮੋਰ ਦੈਨ 3 ਵਰਡਸ, ਇਹ ਵਾਲੀ ਫਿਸ਼ ਵਾਲੀ ਡਾਇਗ੍ਰਾਮ ਹੈ। ਫਸਟ ਹੈਗੇ ਆ ਡੋਰਸਲ ਫਿਨ ਡੈਸ਼ ਮੂਵਮੈਂਟਸ, ਟੇਲ ਫਿਨ ਪ੍ਰੋਵਾਈਡਿੰਗ ਪਾਰਟ ਆਫ, ਚਾਹੇ ਡਾਇਗ੍ਰਾਮ ਹੈ ਚਾਹੇ ਪ੍ਰੋਸੈਸ ਹੈ ਕੋਈ ਵੀ ਹੈ, ਹੈ ਨਾ, ਡੈਸ਼ ਤੋਂ ਜੋ ਪਹਿਲਾਂ ਲਿਖਿਆ ਨਾ ਬਸ ਉਹਦਾ ਧਿਆਨ ਰੱਖ ਲਿਆ ਕਰੋ, ਚਾਹੇ ਫਿਲਪ ਦੀ ਟਾਈਪ ਕੋਈ ਵੀ ਹੈ, ਈਵਨ ਕਿ ਸਮਰੀ ਵੀ ਹੈ। ਟੇਲ ਫਿਨ ਪ੍ਰੋਵਾਈਡਿੰਗ ਪਾਰਟ ਆਫ ਡੋਰਸਲ ਫਿਨ ਡੈਸ਼ ਮੂਵਮੈਂਟ, ਧਿਆਨ ਦੇ ਨਾਲ ਇੱਥੇ ਕੀ ਲਿਖਿਆ ਵੈ, ਟੇਲ ਫਿਨ ਪ੍ਰੋਵਾਈਡਿੰਗ ਪਾਰਟ ਆਫ, ਟੇਲ ਫਿਨ, ਟੇਲ ਫਿਨ ਆਪਾਂ ਕਿੱਥੇ ਪੜ੍ਹਿਆ ਸੀ, ਆ ਵੀ ਲਿਖਿਆ ਟੇਲ ਫਿਨ ਇੱਥੇ ਲਿਖਿਆ ਨਾ, ਇੱਥੇ ਟੇਲ ਫਿਨ ਆਪਾਂ ਕਿੱਥੇ ਪੜ੍ਹਿਆ ਸੀ, ਐਫ ਪੈਰਾਗ੍ਰਾਫ ਦੇ ਵਿੱਚ ਟੇਲ ਫਿਨ। ਮਿਲ ਗਿਆ ਸਭ ਨੂੰ, ਇਨ ਦਾ ਫਾਈਨਲ ਲੈਸ਼ ਮੇ ਕੰਟਰੀਬਿਊਟ ਐਜ ਮਚ ਐਸ 40%, ਉੱਥੇ ਡੈਸ਼ ਤੋਂ ਪਹਿਲਾਂ ਕੀ ਲਿਖਿਆ ਆਫ, ਇੱਥੇ ਕੀ ਲਿਖਿਆ ਪਾਰਟ, ਕਿੰਨਾ ਪਾਰਟ 40% ਪਾਰਟ, ਡੈਸ਼ ਤੋਂ ਪਹਿਲਾਂ ਕੀ ਪਾਇਆ ਆਫ, ਇੱਥੇ ਕੀ ਪਾਇਆ ਆਫ, ਆਂਸਰ ਕੀ ਆ ਗਿਆ ਫੋਰਵਰਡ ਥਰਸਟ। ਸਮਝ ਲੱਗ ਗਈ, ਇਸੇ ਕਰਕੇ ਕਹਿੰਦੀ ਹੈ ਕਿ ਡੈਸ਼ ਤੋਂ ਅੱਗੇ ਅਤੇ ਪਹਿਲਾਂ ਇਹ ਧਿਆਨ 'ਚ ਰੱਖ ਲਿਆ ਕਰੋ, ਬਹੁਤ ਜ਼ਰੂਰੀ ਹੈ। ਓਕੇ ਜੀ, ਨੈਕਸਟ ਹੈਗਾ ਤੁਹਾਡਾ ਡੋਰਸਲ ਫਿਨ ਡੈਸ਼ ਮੂਵਮੈਂਟ, ਉਹ ਵੀ ਇੱਥੇ ਹੋਏਗਾ, ਆਵੇਂ ਲਿਖਿਆ ਡੋਰਸਲ ਐਨਲ ਵੈਂਟਰਲ ਫਿਨਸ ਕੰਟਰੋਲ ਦਾ ਡੈਸ਼ ਮੂਵਮੈਂਟ, ਆਵੇਂ ਲਿਖਿਆ ਰੋਲਿੰਗ ਐਂਡ ਯਾਇੰਗ। ਗਾਈਸ, ਮੈਨੂੰ ਲੱਗਦਾ ਵਾ ਅਗਰ ਤੁਸੀਂ ਉਸ 18 April ਨੂੰ ਪੇਪਰ ਦੇ ਰਹੇ ਹੁੰਦੇ ਤਾਂ ਤੁਹਾਨੂੰ ਇਹ ਵਾਲਾ ਪੈਸੇਜ ਆਉਂਦਾ ਜਿਹੜਾ ਹੁਣ ਆਪਾਂ ਸੋਲਵ ਕਰਦੇ ਪਏ, ਦੈਨ 13 ਦੇ ਵਿੱਚ ਉਹ ਤੁਹਾਡੇ 13 ਕੁਸ਼ਚਨ ਬਿਲਕੁਲ ਸਹੀ ਜਾਣੇ ਸੀ, ਇੰਨਾ ਸੌਖਾ ਪੈਸੇਜ ਦਿੱਤਾ ਉਹਨਾਂ ਨੇ। ਦੇਖੋ ਨੈਕਸਟ ਹੈਗਾ ਆਪਣੇ ਕੋਲ ਡੈਸ਼ ਫਿਨਸ ਪੁਸ਼ਿੰਗ ਅਪ ਐਂਡ ਡਾਊਨ, ਆਪ ਲਿਖਿਆ ਫਿਸ਼ ਅਪ ਐਂਡ ਡਾਊਨ, ਅਪ ਐਂਡ ਡਾਊਨ ਡੈਸ਼ ਫਿਨਸ ਲਿਖਿਆ ਨਾ, ਕਿਹੜੀਆਂ ਫਿਨਸ, ਆਪ ਲਿਖਿਆ ਪਿਕਟੋਰੀਅਲ ਫਿਨਸ, ਕਿਹੜੀਆਂ ਫਿਨਸ ਪਿਕਟੋਰੀਅਲ, ਆਵੇ ਲਿਖਿਆ। ਠੀਕ ਹੈ ਗਾਈਸ, ਅਗਰ ਤੁਸੀਂ ਪਹਿਲੀ ਵਾਰੀ ਵਿਜ਼ਿਟ ਕੀਤਾ ਮੇਰੇ ਚੈਨਲ 'ਤੇ, ਦੈਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ, ਇਸੇ ਤਰ੍ਹਾਂ ਹੀ ਆਪਣੇ ਸੌਖੇ ਢੰਗ ਦੇ ਨਾਲ ਰੀਡਿੰਗ ਨੂੰ ਇੰਪਰੂਵ ਕਰਨ ਦੇ ਲਈ। ਦੇਖੋ ਹੁਣ ਤਾਂ ਮੈਂ ਜੋ ਸੈਂਪਲ ਆਂਸਰ ਵੀ ਸ਼ੇਅਰ ਕਰਦੀ ਪਈ ਹਾਂ, ਜੋ ਰੀਅਲ ਐਗਜ਼ਾਮ ਦੇ ਵਿੱਚ ਟੋਪਿਕਸ ਆ ਰਹੇ ਹੈ, ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਹੀ ਲੇਟੈਸਟ ਅਪਡੇਟਸ ਲੈਣ ਦੇ ਲਈ, ਪਲੱਸ ਸੈਂਪਲ ਆਂਸਰਸ
ਰੀਡਿੰਗ ਦੀ ਲੋਕੇਸ਼ਨ ਜਾਣਨ ਦੇ ਲਈ, ਰੀਡਿੰਗ ਦਾ ਪੈਸੇਜ ਜਾਣਨ ਦੇ ਲਈ ਕਿ ਕਿਹੜੇ ਇਗਜ਼ਾਮ ਨੂੰ ਕਿਹੜਾ ਪੈਸੇਜ ਆਇਆ, ਉਹਦਾ ਕੰਪਲੀਟ ਐਕਸਪਲੇਨੇਸ਼ਨ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਆਈਲੈਟਸ ਵਿਦ ਸੋਫੀਆ। ਪੇਅਰਡ ਫਿਨਸ ਡੈਸ਼ ਮੂਵਮੈਂਟ, ਪੇਅਰਡ ਫਿਨਸ ਦੀਆਂ ਮੂਵਮੈਂਟ ਕਿਹੜੀਆਂ ਹੁੰਦੀਆਂ? ਮੈਂ ਇੱਥੇ ਲਿਖਿਆ ਪਿਕਟੋਰੀਅਲ ਫਿਨਸ, ਪੇਅਰਡ ਫਿਨਸ ਦੀ ਮੂਵਮੈਂਟ ਕਿਹੜੀ ਹੈ? ਆਰ ਆਲਸੋ ਦਾ ਮੀਨਸ ਬਾਈ ਵਿੱਚ ਦਾ ਫਿਸ਼, ਉਹਦੀ ਮੂਵਮੈਂਟ ਕਿਹੜੀ ਹੈ? ਸਲੋ ਡਾਊਨ ਐਂਡ ਸਟੋਪ, ਠੀਕ ਹੈ, ਸਲੋ ਡਾਊਨ ਐਂਡ ਕੀ ਆ ਗਿਆ ਉਹਦੀ ਮੂਵਮੈਂਟ? ਸਲੋ ਡਾਊਨ ਐਂਡ ਸਟੋਪ। ਬਟ ਆਪਣੇ ਕੋਲ ਤਾਂ ਨੋ ਮੋਰ ਦੈਨ 3 ਵਰਡਸ ਸੀ, ਸੋ ਆਪਾਂ ਇਹਦਾ ਆਂਸਰ ਕੀ ਲਵਾਂਗੇ? ਸਲੋ ਆ ਗਿਆ, ਜਾਂ ਤਾਂ ਚੱਲ ਪਓ ਅਤੇ ਜਾਂ ਫਿਰ ਸਟੋਪ ਹੋ ਜਾਓ, ਠੀਕ ਹੈ। ਐਸ ਐਸ ਵਾਲੇ ਆਪਾਂ ਤਿੰਨੋਂ ਆਂਸਰ ਚੱਕ ਲਏ ਜੀ। ਕੀ ਹਾਲ ਆ ਗਿਆ ਆਪਣੇ ਕੋਲ? ਸਲੋ ਐਂਡ ਫਿਰ ਨੈਕਸਟ ਆ ਗਿਆ ਆਪਣੇ ਕੋਲ ਨੋ ਮੋਰ ਦੈਨ 3 ਵਰਡਸ, ਅਗੇਨ ਸਮਰੀ ਆ ਗਈ ਆਪਣੇ ਕੋਲ। 2 ਟਾਈਪਸ ਦੀਆਂ ਮਸਲਸ ਹੈ ਇਨਵੋਲਵਡ ਇਨ ਫਿਸ਼ ਸਵਿਮਿੰਗ, ਮੈਜੋਰਿਟੀ ਆਫ ਫਿਸ਼ ਬੋਡੀ, ਠੀਕ ਹੈ। 2 ਟਾਈਪਸ ਦੀਆਂ ਫਿਸ਼ ਆਪਾਂ ਦੇਖਿਆ ਸੀ ਨਾ, ਇੱਥੇ ਦੇਖਿਆ ਸੀ, ਆਵੇ ਲਿਖਿਆ ਫਿਸ਼ ਦੀਆਂ 2 ਮੇਨ ਟਾਈਪਸ। ਇਸੇ ਕਰਕੇ ਕਹਿੰਦੀ ਹੈ ਕੁਸ਼ਚਨ ਨੂੰ ਧਿਆਨ ਦੇ ਨਾਲ ਪੜ੍ਹਿਆ ਕਰੋ, ਹੋ ਸਕਦਾ ਵਾ ਤੁਹਾਡਾ ਪੜ੍ਹਿਆ ਹੋਇਆ ਕੁਸ਼ਚਨ ਅਗਲੇ ਕੁਸ਼ਚਨ ਦੇ ਵਿੱਚ ਉਹਦੀ ਲੋਕੇਸ਼ਨ ਕੰਮ ਆ ਜਾਵੇ। 2 ਟਾਈਪਸ ਦੀਆਂ ਫਿਸ਼ ਆ ਗਈਆਂ, ਤਾਂ ਮੈਜੋਰਿਟੀ, ਮੈਜੋਰਿਟੀ ਵੀ ਇੱਥੇ ਪੜ੍ਹਿਆ ਸੀ, ਬਲਕ ਤਾਂ ਨਹੀਂ ਕਿਹਾ ਗਾ ਮੈਜੋਰਿਟੀ ਨੂੰ, ਮੈਜੋਰਿਟੀ ਆਫ ਅ ਫਿਸ਼ ਬੋਡੀ ਆਵੇ ਲਿਖਿਆ, ਫਿਸ਼ ਬੋਡੀ, ਇੱਥੇ ਮੈਜੋਰਿਟੀ ਨੂੰ ਉਹਨਾਂ ਨੇ ਬਲਕ ਕਿਹਾ ਵਾ, ਠੀਕ ਹੈ। ਮੈਂ ਲਿਖ ਦਿੰਦੀ ਇੱਥੇ ਸਿਨੋਨਿਮ, ਬਲਕ ਨੂੰ ਕੀ ਕਿਹਾ ਉਹਨਾਂ ਨੇ? ਮੈਜੋਰਿਟੀ ਆਫ ਅ ਫਿਸ਼ ਬੋਡੀ ਕੰਪ੍ਰਾਈਜ਼ ਦਾ ਆ ਗਿਆ ਡੈਸ਼ ਤੋਂ ਬਾਅਦ ਕਿ ਇੱਥੇ ਲਿਖਿਆ ਵਾ ਕੋਮਾ, ਇੱਥੇ ਦਾ ਤੋਂ ਬਾਅਦ ਕਿਤੇ ਕੋਮਾ ਪਾਇਆ, ਹਾਂ ਪਾਇਆ ਕੋਮਾ। ਆਂਸਰ ਫਿਰ ਤੁਹਾਡਾ ਕੀ ਹੈ? ਵਾਈਟ ਮਸਲ। ਇਹ ਹੁੰਦੀ ਹੈ ਟ੍ਰਿਕ। ਇਸੇ ਕਰਕੇ ਕਹਿੰਦੀ ਹਾਂ ਅਗਰ ਤੁਸੀਂ ਆਪਣੀ ਰੀਡਿੰਗ ਦੀ ਕਲਾਸ ਸਟਾਰਟ ਕਰਨੀ ਹੈ ਮੇਰੇ ਕੋਲੋਂ ਇੱਦਾਂ ਦੀਆਂ ਟਿਪਸ ਜਾਣਨ ਦੇ ਲਈ, ਦੈਨ ਤੁਸੀਂ ਕਰ ਸਕਦੇ ਹੋ। 3 ਵਜੇ ਕਲਾਸ ਲੱਗਦੀ ਹੈ ਅਕੈਡਮਿਕ ਦੀ ਰੀਡਿੰਗ, ਅਤੇ ਜਰਨਲ ਦੀ ਲੱਗਦੀ ਹੈ ਸ਼ਾਮ ਨੂੰ 7 ਵਜੇ। ਫੋਰ ਮੋਸਟ ਆਫ ਦਾ ਰੋਟੂਨ ਮੂਵਮੈਂਟਸ ਫਿਸ਼ ਯੂਜ ਕਰਦੇ ਆ ਲੋਟ, ਲੋਟ ਮਤਲਬ ਜ਼ਿਆਦਾ ਆਫ ਇਟਸ, ਇੱਥੇ ਆਪਾਂ ਲੋਟ ਨੂੰ ਲਿਖਿਆ ਸੀ ਨਾ ਐਂਪਲ, ਜ਼ਿਆਦਾ ਕੁਆਂਟਿਟੀ ਆਫ ਕੀ ਯੂਜ਼ ਕਰਦੇ? ਫੈਟ ਐਂਡ ਗਲਾਈਕੋਜਨ। ਇੱਥੇ ਵੇਖੋ ਡੈਸ਼ ਤੋਂ ਪਹਿਲਾਂ ਕੀ ਪਾਇਆ? ਆਫ। ਇੱਥੇ ਕੀ ਪਾਇਆ ਵੈ? ਆਫ, ਫਿਰ ਨਾਲ ਕੌਮੇ ਦੇ ਨਾਲ ਤੁਹਾਡਾ ਆਂਸਰ ਪਿਆ ਵੈ ਫੈਟ ਐਂਡ ਗਲਾਈਕੋਜਨ, ਠੀਕ ਹੈ। ਗਾਈਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਫ੍ਰੀ ਆਫ ਕੋਸਟ ਕਿਸ ਦਾ ਭਲਾ ਹੋ ਜਾਵੇ। ਸੋ ਪਲੀਜ਼ ਰਿਕੁਐਸਟ ਹੈ, ਭੈਣ ਬਣ ਕੇ, ਭਰਾ ਬਣ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਇਨਸਾਨੀਅਤ ਦੇ ਨਾਤੇ ਕਿਸੇ ਦਾ ਭਲਾ ਕਰ ਸਕੀਏ। ਐਂਡ ਵਾਈਟ ਮਸਲ ਜਿਹੜੇ ਹੁੰਦੇ ਆ ਮੋਸਟਲੀ ਯੂਜ਼ ਕਰਦੇ ਸ਼ੋਰਟ ਟਰਮ ਫਾਸਟ ਸਵਿਮਿੰਗ ਸੱਚ ਐਜ਼ ਇਸਕੇਪਿੰਗ। ਇਸਕੇਪਿੰਗ ਮਤਲਬ ਹੁੰਦਾ ਵਾ ਬਚਣਾ ਕਿਸੇ ਤੋਂ, ਠੀਕ ਹੈ, ਆਪਣੇ ਆਪ ਨੂੰ ਪ੍ਰੋਟੈਕਟ ਕਰਾਉਣਾ, ਠੀਕ ਹੈ। ਕਿਹਦੇ ਤੋਂ ਬਚਣਾ ਵਾ ਉਹਨਾਂ ਨੇ? ਦੇਖੋ ਕਿਹਦੇ ਤੋਂ ਬਚਣਾ ਉਹਨਾਂ ਨੇ, ਆਵੇ ਲਿਖਿਆ ਸਵਿਮ ਰੈਪਿਡਲੀ ਨੂੰ ਇਹਨਾਂ ਨੇ ਕੀ ਲਿਖਿਆ ਵੈ? ਫਾਸਟ ਸਵਿਮਿੰਗ। ਅਵੇ ਨੂੰ ਉਹਨਾਂ ਨੇ ਕੀ ਲਿਖਿਆ ਵੈ? ਦੂਰ ਹੋਣਾ, ਦੂਰ ਹੋ ਜਾਓ ਕਿਸੇ ਤੋਂ, ਬਚ ਜਾਓ। ਫਰੋਮ ਦਾ ਫਰੋਮ ਲਿਖਿਆ ਵੈ, ਡੇਂਜਰ ਆਂਸਰ ਹੈ। ਸਮਝ ਲੱਗ ਗਈ? ਆਈ ਹੋਪ ਕਿ ਤੁਹਾਨੂੰ ਇਹ ਵਾਲੀ ਰੀਡਿੰਗ ਸਮਝ ਲੱਗੀ ਹੋਏਗੀ, ਕਿੱਦਾਂ ਆਪਾਂ ਇਸ ਰੀਡਿੰਗ ਨੂੰ ਸੋਲਵ ਕਰਨਾ ਸੀ, ਚਾਹੇ ਉਹ ਡਾਇਗਰਾਮ ਹੈ, ਚਾਹੇ ਨੋ ਮੋਰ ਦੈਨ 3 ਵਰਡਸ ਹੈ। ਅਸੀਂ ਜਸਟ
ਫਸਟ ਲਾਈਨਸ ਸੋਰੀ ਡੈਸ਼ ਤੋਂ ਪਹਿਲਾਂ ਅਤੇ ਡੈਸ਼ ਤੋਂ ਬਾਅਦ 'ਚ ਰੀਡ ਕੇਅਰਫੁਲੀ ਵਨ ਮੋਰ ਥਿੰਗ ਜੋ ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਹੈ ਉਹਨਾਂ ਨੂੰ ਅਸੀਂ ਜਸਟ ਪੈਰਾਗ੍ਰਾਫ ਦੀ ਫਸਟ 3 ਲਾਈਨਸ ਲਾਸਟ 3 ਲਾਈਨਸ ਨੂੰ ਰੀਡ ਕੇਅਰਫੁਲੀ ਬਟ ਸਭ ਤੋਂ ਪਹਿਲਾਂ ਆਪਾਂ ਅੰਡਰਲਾਈਨ ਕਰਨਾ ਹੈ ਕੀਵਰਡਸ ਨੂੰ ਆਈ ਹੋਪ ਕਿ ਆਈਲੈਟਸ ਫੀਵਰ 57 ਜੋ ਰੀਅਲ ਐਗਜ਼ਾਮ ਵਿੱਚ 18 April ਨੂੰ ਆਇਆ ਸੀ ਪੈਸੇਜ ਅੰਡਰ ਸੀ ਮੂਵਮੈਂਟ ਤੁਹਾਨੂੰ ਮੇਰੀ ਸਮਝ ਲੱਗੀ ਹੋਏਗੀ ਦੈਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਫੈਲਾ ਦਿਓ ਜਿੰਨਾ ਫੈਲਾ ਸਕਦੇ ਹੋ ਗੋਡ ਬਲੈਸ ਯੂ